ਮੰਮਾ ਹੁਣ ਮੈਂ ਆ ਗਿਆ ਘਰ ਉਧਰ ਕੀ ਦੇਖੀ ਜਾਂਦੇ ਹੋ ਉਹ ਦੀਪਿੰਦਰ ਹਲੇ ਟਿਊਸ਼ਨ ਤੋਂ ਨਹੀਂ ਆਈ ਹੈਗੀ ਉਹਨੂੰ ਦੇਖਣ ਲੱਗੀ ਹੋਈ ਆ ਹਰ ਵਾਰ ਉਹਨੂੰ ਹੀ ਉਡੀਕਦੇ ਰਹਿੰਦੇ ਹੋ ਕਦੇ ਮੈਨੂੰ ਵੀ ਉਡੀਕ ਲਿਆ ਕਰੋ ਉਹ ਲੋ ਉਹ ਜਿਹਨੂੰ ਉਡੀਕਦੇ ਹੋ ਉਹ ਦੇਖੋ ਦੁਕਾਨ ਤੇ ਚੀਜ਼ੀ ਲੈਣ ਵੜੀ ਆ ਤੈਨੂੰ ਕਿੰਨੀ ਵਾਰੀ ਸਮਝਾਇਆ ਵੀ ਘਰੋ ਸਿੱਧੇ ਟਿਊਸ਼ਨ ਤੇ ਟਿਊਸ਼ਨ ਤੋਂ ਸਿੱਧੇ ਘਰ ਆਉਣਾ ਤੂੰ ਆ ਰਸਤੇ 'ਚ ਕਿਉਂ ਰੁਕ ਜੰਨੀ ਹੁੰਨੀ ਆ ਨਾਲੇ ਤੈਨੂੰ ਪਤਾ ਵੀ ਸਾਰੀ ਚੀਜ਼ ਘਰ ਲਿਆ ਕੇ ਰੱਖੀ ਹੁੰਦੀ ਆ ਫਿਰ ਤੈਨੂੰ ਦੁਕਾਨ ਤੇ ਜਾਣ ਦੀ ਕੀ ਲੋੜ ਸੀ ਮੰਮੀ ਠਹਿਰ ਜੋ ਪਹਿਲੇ ਮੇਰੀ ਗੱਲ ਤਾਂ ਸੁਣ ਲਓ ਤੂੰ ਵੀ ਦੱਸ ਦੇ ਕੀ ਕਹਿਣਾ ਜੂਸ ਆ ਤੂੰ ਜੂਸ ਕਿਉਂ ਲੈ ਕੇ ਆਈ ਆ ਮੈਨੂੰ ਦੱਸ ਦਿੰਦੀ ਮੈਂ ਤੇਰੇ ਪਾਪਾ ਨੂੰ ਫੋਨ ਕਰ ਦਿੰਦੀ ਉਹ ਲੈ ਆਉਂਦੇ ਜਾਂ ਫਿਰ ਆਪਾਂ ਹਾ ਸੌਦਿਆਂ 'ਚ ਮੰਗਵਾ ਲੈਂਦੇ ਮੰਮੀ ਇਹ ਜੂਸ ਮੈਂ ਆਪਣੇ ਲਈ ਨਹੀਂ ਲੈ ਕੇ ਆਈ ਮੈਂ ਤੁਹਾਡੇ ਲਈ ਲੈ ਕੇ ਆਈ ਆ ਮੇਰੇ ਲਈ ਮੈਂ ਜੂਸ ਕੀ ਕਰਨਾ ਸੀ ਡਾਕਟਰ ਨੇ ਕਿਹਾ ਨਹੀਂ ਸੀ ਤੁਹਾਨੂੰ ਵੀਕਨੈਸ ਹੈ ਜੂਸ ਪੀਆ ਕਰੋ ਇਸ ਲਈ ਮੈਂ ਤੁਹਾਡੇ ਲਈ ਲੈ ਕੇ ਆਈ ਪਰ ਤੇਰੇ ਕੋਲ ਇੰਨੇ ਪੈਸੇ ਕਿੱਥੋਂ ਆ ਗਏ ਜਿਹੜੇ ਤੁਸੀਂ ਮੈਨੂੰ ਰੋਜ਼ 10 ਰੁਪਏ ਦਿੰਦੇ ਸੀ ਉਹ ਮੈਂ ਤੁਹਾਡੇ ਲਈ ਜੋੜ ਕੇ ਰੱਖਦੀ ਸੀ ਹਾਇਓ ਰੱਬਾ ਪਤਾ ਨਹੀਂ ਕਿਉਂ ਲੋਕੀ ਧੀਆਂ ਨੂੰ ਦਰਕਾਰਦੇ ਨੇ ਆ ਧੀਆਂ ਤੋਂ ਵੱਧ ਤਾਂ ਮਾਵਾਂ ਦਾ ਕੋਈ ਧਿਆਨ ਰੱਖ ਹੀ ਨਹੀਂ ਸਕਦਾ ਕਮਲੀਏ ਤੂੰ ਮੇਰੀ ਧੀ ਥੋੜੀ ਆ ਤੂੰ ਤਾਂ ਮੇਰੀ ਮਾਂ ਆ ਮਾਂ ਮੰਮਾ ਆ ਨਾਨੀ ਮੰਮਾ ਦਾ ਫੋਨ ਆਇਆ ਗੱਲ ਕਰੋ ਹੈਲੋ ਸਤਿ ਸ਼੍ਰੀ ਅਕਾਲ ਮੰਮੀ ਜੀ ਹਾਂਜੀ ਅੱਛਾ ਉਹਨੇ ਜਾਣਾ ਦੋ ਕੁ ਦਿਨ ਕੋਈ ਗੱਲ ਨਹੀਂ ਹਾਂ ਮੈਂ ਇਹਨਾਂ ਨੂੰ ਪੁੱਛਦੀ ਆ ਹਾਂ ਮੰਮੀ ਤੇ ਬੇਬੇ ਨੂੰ ਵੀ ਪੁੱਛ ਲਵਾਂ ਫਿਰ ਮੈਂ ਪੁੱਛ ਕੇ ਆਉਂਦੀ ਆ ਚਲੋ ਓਕੇ ਹੁਣ ਤੁਸੀਂ ਨਾਨਕੇ ਜਾਣਾ ਜਾਣਾ ਹੀ ਪੈਣਾ ਤੇਰੀ ਮਾਮੀ ਨੇ ਨਾ ਆਪਦੇ ਪੇਕੇ ਜਾਣਾ ਫਿਰ ਦੋ ਕੁ ਦਿਨ ਮੈਨੂੰ ਮੰਮੀ ਕੋਲੇ ਰਹਿਣਾ ਪਊ ਮੰਮੀ ਮੈਨੂੰ ਨਾ ਜਾਣ ਨੂੰ ਕੀ ਹੋ ਨਾਲ ਮੇਰੇ ਤਾਂ ਐਗਜ਼ਾਮਸ ਨੇ ਪਰਸੋਂ ਤੋਂ ਮੈਂ ਉਹਦੀ ਤਿਆਰੀ ਕਰਨੀ ਆ ਕੋਈ ਲੋੜ ਨਹੀਂ ਜਾਣ ਦੀ ਸਾਡੀ ਰੋਟੀ ਦਾ ਕੌਣ ਧਿਆਨ ਰੱਖੂ ਕੋਈ ਗੱਲ ਨਹੀਂ ਵੀਰੇ ਮੰਮੀ ਨੂੰ ਜਾਣ ਦੋ ਜਿਵੇਂ ਮੰਮੀ ਸਾਡੇ ਲਈ ਇੰਪੋਰਟੈਂਟ ਹੈ ਨਾ ਉਵੇਂ ਹੀ ਨਾਨੀ ਵੀ ਮੰਮਾ ਲਈ ਇੰਪੋਰਟੈਂਟ ਨੇ ਮੈਂ ਰੋਟੀ ਪਕਾ ਦੂੰਗੀ ਆ ਟਿੱਡੀ ਜੀ ਰੋਟੀ ਪਕਾ ਕੇ ਦੋ ਸਾਨੂੰ ਇਹਦਾ ਸ਼ੈਲਫ ਤੱਕ ਮੂੰਹ ਤਾਂ ਪਹੁੰਚਦਾ ਨਹੀਂ ਮੈਨੂੰ ਤਾਂ ਲੱਗਦਾ ਇਹਨੇ ਦਾਦੀ ਨੂੰ ਹੀ ਕੰਮ ਲਾਣਾ ਚਾਹੇ ਦਾਦੀ ਨੂੰ ਲਾਵੇ ਚਾਹੇ ਆਪਦੇ ਪਾਪਾ ਨੂੰ ਲਾਵੇ ਚਾਹੇ ਤੈਨੂੰ ਲਾਵੇ ਮੈਂ ਚੱਲੀ ਆਪਦੇ ਪੇਕੇ ਆ ਤੁਸੀਂ ਗੱਡੀ ਦੀ ਡਿੱਗੀ 'ਚ ਕੀ ਬੜੀ ਬੈਠੇ ਹੋ ਉਹ ਵੇਲਾ ਬਾਣੀਆ ਕੀ ਕਰੇ ਇੱਧਰਲੇ ਬੱਟੇ ਉੱਧਰ ਤਰੇ ਬਸ ਆਹੀ ਸੀ ਬਣਾ ਦੇ ਤਾਂ ਤੂੰ ਕੀ ਗੱਲ ਤੂੰ ਐਂ ਤਿਆਰ ਹੋਈ ਫਿਰਦੀ ਆ ਉਹ ਮੈਂ ਵੱਡੀ ਬੇਬੇ ਤੋਂ ਵੀ ਪਰਮਿਸ਼ਨ ਲੈ ਲਈ ਤੇ ਆਹ ਨਾ ਮੰਮੀ ਕੋਲੋਂ ਵੀ ਆਪਦੀ ਅਰਜ਼ੀ ਮਨਜ਼ੂਰ ਕਰਾ ਲਈ ਬਸ ਹੁਣ ਤੁਸੀਂ ਨਾ ਆ ਅਰਜ਼ੀ ਤੇ ਸਾਈਨ ਕਰਕੇ ਹਰੀ ਝੰਡੀ ਦੇ ਦਿਓ ਮੈਂ ਨਾ ਦੋ ਕੁ ਦਿਨ ਪੇਕੇ ਲਾ ਕੇ ਆਉਣਾ ਉਹ ਇੱਧਰ ਲਾ ਵੀ ਤਾਂ ਕੋ ਸੋਚ ਲਾ ਕੰਮ ਦਾ ਕਿਵੇਂ ਔਖਾ ਨਹੀਂ ਹੋਊਗਾ ਇੱਥੇ ਕੋਈ ਔਖਾ ਨਹੀਂ ਹੁੰਦਾ ਆ ਮੰਮੀ ਕਹਿੰਦੇ ਜਿੱਥੇ ਮੈਂ ਜਾਣਾ ਸੀ ਮੈਂ ਜਾਈ ਹੁਣ ਹਫਤਾ 10 ਦਿਨ ਮੈਂ ਘਰ ਹੀ ਆ ਕਹਿੰਦੇ ਮੈਂ ਕੰਮ ਕਰ ਆਪੇ ਹੀ ਸਾਂਭ ਲੂੰ ਉਹ ਫਿਰ ਹੁਣ ਕਾਹਦੀ ਕਸਰ ਆ ਬੈਗ ਚੱਕ ਮੋੜ ਤੋਂ ਜਾ ਕੇ ਆਟੋ ਫੜ ਤੇ ਥੂ ਦੇ ਕੇ ਪਹੁੰਚਾ ਪੇਕੇ ਨਾ ਆਹ ਗੱਡੀ ਤੁਸੀਂ ਲੋਕਾਂ ਨੂੰ ਕਮਾਉਣ ਵਾਸਤੇ ਰੱਖੀ ਹੋਈ ਆ ਘਰਦਿਆਂ ਦੇ ਕਿਸੇ ਦੇ ਮਤਲਬ ਇਹ ਕੰਮ ਹੀ ਨਹੀਂ ਆਉਣੀ ਹੈਗੀ ਉਹ ਤੁਸੀਂ ਗੱਡੀ ਕੱਢੋ ਤੇ ਛੱਡ ਕੇ ਆਓ ਚੱਲ ਤੂੰ ਬੈਗ ਲਿਆ ਦੱਸ ਕਿਵੇਂ ਚੁਗਦੀ ਹੈ ਸਾਰਾ ਦਿਨ ਗੇਮਾਂ ਖੇਡਦਾ ਰਹਿੰਦਾ ਗੇਮ ਖੇਡਣੀ ਛੱਡ ਕੇ ਨਾ ਆਪਣੀ ਦੀਦੀ ਨੂੰ ਫੋਨ ਕਰਕੇ ਪੁੱਛ ਆਈ ਕਿਉਂ ਨਹੀਂ ਉਹ ਆ ਜਾਂਦੀ ਆ ਮੰਮੀ ਤੂੰ ਬੜੀ ਉਧਰੀ ਪਈ ਆ ਦੀਦੀ ਨਹੀਂ ਆਈ ਆ ਜੂਗੀ ਉਹ ਵੀ ਕਿੱਦਾਂ ਲੁੱਤਰ ਲੁੱਤਰ ਜਵਾਨ ਚੱਲਦੀ ਆ ਮਾਮਾ ਨੂੰ ਧੀ ਦੀ ਫਿਕਰ ਹਮੇਸ਼ਾ ਹੀ ਹੁੰਦੀ ਆ ਔਰ ਇਹ ਸਦਾ ਹੀ ਰਹਿਣੀ ਆ ਓਹੋ ਮੰਮੀ ਮੈਨੂੰ ਪਤਾ ਹੀ ਆ ਜਿੰਨੀ ਮਰਜ਼ੀ ਸ਼ੈਲੀ ਤੇਰੀ ਸੇਵਾ ਕਰ ਲਵੇ ਲੱਤਾਂ ਘੁੱਟ ਲਵੇ ਸਿਰ ਘੁੱਟ ਲਵੇ ਮੋਢੇ ਘੁੱਟ ਲਵੇ ਪਰ ਤੈਨੂੰ ਚੈਨ ਨਹੀਂ ਆਣੀ ਜਿੰਨੀ ਦੇਰ ਦੀਦੀ ਆ ਕੇ ਤੇਰੇ ਫੁੱਟਪੁੱਟੀਆਂ 'ਚ ਤੇਲ ਨਾ ਮਲੇ ਤੈਨੂੰ ਸਬਰ ਨਹੀਂ ਆਣਾ ਇੱਕ ਮਾਂ ਦਾ ਜਿੰਨਾ ਧੀ ਦੇ ਨਾਲ ਮੋਹ ਹੁੰਦਾ ਨਾ ਉਹ ਸ਼ਬਦਾਂ ਵਿੱਚ ਜ਼ਾਹਰ ਨਹੀਂ ਕੀਤਾ ਜਾ ਸਕਦਾ ਨਾ ਦੇਖ ਕਿੰਨੀ ਤਰਫਦਾਰੀ ਕਰਦਾ ਆਪਣੀ ਘਰਵਾਲੀ ਦੀ ਹੈ ਜਿੰਨਾ ਮੈਂ ਆਪਣੀ ਧੀ ਨੂੰ ਪਿਆਰ ਕਰਦੀ ਹਾਂ ਉਸ ਤੋਂ ਜ਼ਿਆਦਾ ਕਿਤੇ ਮੈਂ ਆਪਣੀ ਸ਼ੈਲੀ ਨੂੰ ਪਿਆਰ ਕਰਦੀ ਹਾਂ ਚਲ ਠੀਕ ਆ ਹੋਏ ਮੰਮੀ ਜੇ ਤੂੰ ਸ਼ੈਲੀ ਨੂੰ ਦੀਦੀ ਇੰਨਾ ਹੀ ਪਿਆਰ ਕਰਦੀ ਆ ਨਾ ਤੇ ਐਤਕੀ ਆਪਣੀ ਪੇਟੀ ਤੇ ਅਲਮਾਰੀ ਦੀਦੀ ਕੋਲੋਂ ਨਾ ਖਲਵਾਈ ਸ਼ੈਲੀ ਕੋਲੇ ਖਲਵਾਈ ਫਿਰ ਨਾ ਤੈਨੂੰ ਕੀ ਤਕਲੀਫ ਆ ਆ ਤੇਰੀ ਸੂਈ ਤਾਂ ਨਾ ਹਾ ਪੇਟੀ ਤੇ ਅਲਮਾਰੀ ਤੇ ਹੀ ਅਟਕੀ ਰਹਿੰਦੀ ਆ ਨਾਲੇ ਨਾ ਤੂੰ ਆਪਦਾ ਹਾ ਵਹਿਮ ਕੱਢ ਦੇ ਵੀ ਪਤਾ ਨਹੀਂ ਮੰਮੀ ਨੇ ਪੇਟੀ ਅਲਮਾਰੀ 'ਚ ਕੀ ਸੋਨਾ ਦੱਬਿਆ ਹੋਇਆ ਆ ਚਾਰ ਕੁ ਸੂਟ ਹੀ ਨੇ ਬਸ ਉਹਨਾਂ ਨੂੰ ਹੀ ਇੱਧਰ ਉੱਧਰ ਘਮਾਉਂਦੀ ਰਹਿੰਦੀ ਆ ਆ ਕਿੱਦਾਂ ਲੱਤਾਂ ਰੱਖ ਕੇ ਬੈਠਾ ਥੱਲੇ ਰੱਖ ਸਤਿ ਸ਼੍ਰੀ ਅਕਾਲ ਕੀ ਗੱਲ ਭੈਣੇ ਆਉਂਦੀ ਏ ਤੱਤੀ ਹੋ ਗਈ ਕੀ ਗੱਲ ਸੱਸ ਨੇ ਤੱਤਾ ਖੁਰਚਣਾ ਲਾ ਕੇ ਭੇਜਿਆ ਉਹ ਜੁੱਤੀਆਂ ਨਾ ਖਾਰੀ ਕਿਤੇ ਆਉਂਦੀ ਦੇ ਮਗਰ ਪੈ ਗਿਆ ਚੱਲ ਚਾਹ ਪਾਣੀ ਦਾ ਪੁੱਛ ਲੈ ਉਹ ਲਿਆਨਾ ਪਾਣੀ ਮੈਂ ਉਹ ਇਹਨੇ ਕੀ ਪੁੱਛਣਾ ਚਾਹ ਪਾਣੀ ਇਹਨੂੰ ਤਾਂ ਬਿਪਤਾ ਪੈ ਜਾਂਦੀ ਹੋਣੀ ਆ ਮੈਂ ਤਾਂ ਹੈਰਾਨ ਆ ਸ਼ੈਲੀ ਭਾਬੀ ਤੇ ਇਹੋ ਜਿਹੇ ਨਾਲ ਕਿੱਦਾਂ ਕੱਟੀ ਜਾਂਦੀ ਆ ਉਹ ਭੈਣੇ ਇਹ ਮੈਂ ਕਿਵੇਂ ਕਹੀ ਇਹਨੇ ਮੈਂ ਲਿਆਨਾ ਚਾਹ ਪਾਣੀ ਦੀ ਗੱਲ ਆ ਅੱਛਾ ਲੈਣ ਤਾਂ ਚੱਲਾ ਆ ਐ ਕਰੀ ਪਹਿਲਾਂ ਪਾਣੀ ਲਿਆਵੀਂ ਫਿਰ ਠੰਡਾ ਲਿਆਵੀਂ ਫਿਰ ਚਾਹ ਲਿਆਵੀਂ ਹੋਰ ਵੀ ਕੁਝ ਦੱਸ ਦੋ
ਜਲੇਬੀਆਂ ਨਾ ਲਿਆਵਾਂ ਨਾਲੇ ਚਾਸ਼ਨੀ ਚੋਂਦੀ ਜਵਾਨ ਮਿੱਠੀ ਹੋ ਜੂ ਤੁਹਾਡੀ ਤੂੰ ਆਪਦੀ ਜਵਾਨ ਮਿੱਠੀ ਕਰ ਆਇਆ ਵੱਡਾ ਨਾ ਮੰਮੀ ਤੂੰ ਇੰਨਾ ਲੜਾਕਾ ਪੁੱਤ ਕਾਹਤੇ ਜੰਮਿਆ ਤੂੰ ਵੀ ਤਾਂ ਲੜਾਕੀ ਹੈ ਤੇਰਾ ਭਰਾ ਉਦਾਂ ਵੀ ਭਰਾ ਦੇ ਰਾਇਆ ਮੰਮੀ ਚੰਗਾ ਹੋਇਆ ਤੂੰ ਮੈਨੂੰ ਫੋਨ ਕਰਕੇ ਬੁਲਾ ਲਿਆ ਮੇਰੇ ਤਾਂ ਆਪ ਕਿੰਨੇ ਦਿਨਾਂ ਦੀ ਤੈਨੂੰ ਮਿਲਣ ਦੀ ਖੋਜ ਹੀ ਪਈ ਜਾਂਦੀ ਸੀ ਮੇਰਾ ਵੀ ਤੇ ਇਹੀ ਹਾਲ ਸੀ ਜਦੋਂ ਸ਼ੈਲੀ ਨੇ ਕਿਹਾ ਨਾ ਮੈਂ ਆਪਣੇ ਪੇਕੇ ਜਾਣਾ ਦੋ ਦਿਨ ਲਈ ਤਾਂ ਮੈਨੂੰ ਵੀ ਚਾਹ ਜਿਹਾ ਚੜ ਗਿਆ ਚੱਲ ਮੈਂ ਵੀ ਆਪਣੀ ਧੀ ਨੂੰ ਉਹੀ ਦੋ ਦਿਨ ਇੱਥੇ ਬੁਲਾ ਕੇ ਉਹਦੇ ਨਾਲ ਢਿੱਡ ਫੋਲ ਲੂੰਗੀ ਪਰ ਮੰਮੀ ਇੱਕ ਗੱਲ ਆ ਆ ਪਤਾ ਨਹੀਂ ਰੱਬ ਨੇ ਕਿਹੋ ਜਿਹਾ ਰਿਸ਼ਤਾ ਬਣਾਇਆ ਮਾਂ ਧੀ ਦਾ ਇੱਕ ਦੂਜੇ ਬਿਨਾਂ ਬਿੰਦ ਕੱਢਣਾ ਵੀ ਕਈ ਵਾਰੀ ਔਖਾ ਲੱਗਦਾ ਲੈ ਹੋਰ ਮਾਂ ਦਾ ਜਿਗਰਾ ਵੀ ਦੇਖ ਧੀ ਨੂੰ ਜੰਮ ਕੇ ਵੱਡੀ ਕਰਕੇ ਪਾਲ ਪਲੋਸ ਕੇ ਦੂਜਿਆਂ ਦੇ ਹੱਥੀਂ ਡੋਲੀ 'ਚ ਤੋਰ ਕੇ ਕਿੱਦਾਂ ਸਬਰ ਕਰਦੀ ਹੋਊਗੀ ਦੇਖ ਸੱਚ ਕਹਿੰਦੀ ਹੈ ਮੰਮੀ ਤੂੰ ਦੇਖ ਲਾ ਕਿੱਦਾਂ ਦੀ ਰੀਤ ਬਣੀ ਹੋਈ ਹੈ ਜਦੋਂ ਧੀਆਂ ਨੂੰ ਮਾਂ ਬਾਪ ਤੋਰ ਦਿੰਦੇ ਨੇ ਜਦੋਂ ਧੀ ਸਹੁਰੇ ਘਰ ਚਲੀ ਜਾਂਦੀ ਹੈ ਫਿਰ ਕਿੱਦਾਂ ਇਕੱਲੇ ਇਕੱਲੇ ਜੀ ਨੂੰ ਪੁੱਛ ਕੇ ਆਪਦੇ ਪੇਕੇ ਘਰ ਆਉਣਾ ਪੈਂਦਾ ਜੇ ਮਾਂ ਦਾ ਬਸ ਚੱਲੇ ਧੀਏ ਉਹ ਤਾਂ ਆਪਣੀ ਧੀ ਨੂੰ ਆਪਣੀ ਅੱਖਾਂ ਤੋਂ ਇੱਕ ਮਿੰਟ ਲਈ ਵੀ ਪਰੇ ਨਾ ਕਰੇ ਧੀਆਂ ਤਾਂ ਰਾਜੇ ਰਾਣੀਆਂ ਨੂੰ ਵੀ ਵਿਆਹਣੀਆਂ ਪੈਂਦੀਆਂ ਨੇ ਇਹ ਹੀ ਤਾਂ ਦੁਨੀਆਦਾਰੀ ਆ ਮੰਮੀ ਜੀ ਨੇ ਵੀ ਬਣਾਈ ਆ ਇਹ ਬੜੀ ਗਲਤ ਜੀ ਰੀਤ ਬਣਾਈ ਆ ਕੁੜੀ ਭਾਵੇਂ ਆਪਦੇ ਸਹੁਰੇ ਘਰ ਲੱਖ ਸੁਖੀ ਹੋਵੇ ਪਰ ਜਿਹੜਾ ਸਕੂਨ ਉਹਨੂੰ ਆ ਕੇ ਆਪਦੀ ਮਾਂ ਦੀ ਬੁੱਕਲ ਚੋਂ ਮਿਲਦਾ ਨਾ ਉਹ ਕਿਤੋਂ ਹੋਰ ਨਹੀਂ ਮਿਲ ਸਕਦਾ ਤੇ ਮਾਂ ਨੂੰ ਵੀ ਆਪਣੀ ਧੀ ਨੂੰ ਮਿਲ ਕੇ ਕਾਲਜੇ ਠੰਡ ਪੈਂਦੀ ਆ ਹੋਰ ਕਿਤੋਂ ਨਹੀਂ ਮਿਲਦੀ ਆ ਮਾਂ ਧੀ ਦੇ ਨਿੱਘ ਵਾਲਾ ਰਿਸ਼ਤਾ ਵੀ ਮੰਮੀ ਉੱਥੇ ਹੀ ਕਾਇਮ ਰਹਿੰਦਾ ਜਿੱਥੇ ਧੀ ਨੂੰ ਅੱਗੇ ਸਹੁਰੇ ਚੰਗੇ ਟੱਕਰ ਜਾਣ ਪਰ ਜੇ ਕਿਤੇ ਸਹੁਰੇ ਨਾ ਚੰਗੇ ਹੋਣ ਤਾਂ ਧੀ ਸਾਰੀ ਉਮਰ ਵਾਸਤੇ ਆਪਦੇ ਪੇਕਿਆਂ ਨੂੰ ਮਿਲਣ ਵਾਸਤੇ ਤਰਸ ਜਾਂਦੀ ਆ ਉਹ ਤੂੰ ਕਾਹਨੂੰ ਇਹੋ ਜਿਹੀਆਂ ਗੱਲਾਂ ਕਰਦੀ ਆ ਤੇਰੇ ਸਹੁਰੇ ਤੇ ਤੈਨੂੰ ਚੰਗੇ ਟੱਕਰੇ ਨੇ ਜਦੋਂ ਵੀ ਅਸੀਂ ਬੁਲਾਉਂਦੇ ਆ ਉਵੇਂ ਤੈਨੂੰ ਭੇਜ ਦਿੰਦੇ ਆ ਆਹ ਗੱਲ ਤਾਂ ਤੇਰੀ ਠੀਕ ਆ ਮੰਮੀ ਵੀ ਸਹੁਰੇ ਬਹੁਤ ਚੰਗੇ ਨੇ ਪਰ ਮਾਂ ਦੀ ਜਗ੍ਹਾ ਤਾਂ ਕੋਈ ਵੀ ਨਹੀਂ ਲੈ ਸਕਦਾ ਤੂੰ ਯਕੀਨ ਕਰੀ ਅੱਜ ਵੀ ਕਿਤੇ ਜੇ ਮੇਰੇ ਮਾੜੀ ਜਿਹੀ ਕਿਤੇ ਖਰੋਚ ਵੀ ਲੱਗ ਜਾਵੇ ਨਾ ਤਾਂ ਮੂੰਹ 'ਚੋਂ ਹਾਏ ਮਾਂ ਨਿਕਲਦਾ ਆ ਮੰਮੀ ਇੱਕ ਗੱਲ ਦੱਸ ਆ ਨਾਨੀ ਗਈ ਨੂੰ ਤਾਂ ਇੰਨੇ ਸਾਲ ਹੋ ਗਏ ਤੂੰ ਆਪਣੀ ਮਾਂ ਬਿਨਾਂ ਕਿੱਦਾਂ ਸਾਰਦੀ ਆ ਕਮਲੀਏ ਤੂੰ ਤਾਂ ਇਹ ਗੱਲ ਕਰਕੇ ਮੇਰੀ ਦੁੱਖ ਦੀ ਰਾਖ ਵੀ ਛੇੜ ਦਿੱਤੀ ਏ ਯਾਦਾਂ ਨੇ ਘੇਰਿਆ ਤੂਫਾਨ ਦੀ ਤਰ੍ਹਾਂ ਧੀਏ ਚਾਹੇ ਉਹਨੂੰ ਗਈ ਨੂੰ 20 ਸਾਲ ਹੋ ਗਏ ਪਰ ਉਹ ਕਿਹੜਾ ਦਿਨ ਹੈ ਜਿੱਦਣ ਮੈਂ ਉਹਨੂੰ ਯਾਦ ਨਹੀਂ ਕੀਤਾ ਉਹਨੂੰ ਤਾਂ ਯਾਦ ਕਰਕੇ ਨਾ ਮੇਰੇ ਹਜੇ ਵੀ ਦਿਲ 'ਚੋਂ ਹੂਕ ਉੱਠਦੀ ਹੈ ਪਰ ਜਦੋਂ ਤੂੰ ਮੈਨੂੰ ਮਿਲਦੀ ਆ ਮੈਨੂੰ ਐਂ ਲੱਗਦਾ ਮੇਰੀ ਮਾਂ ਮੈਨੂੰ ਮਿਲ ਗਈ ਲੱਭਦੀਆਂ ਨਹੀਂ ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ।